डर नीरे लपटायो ततुर चार कहे मथुरा जग तारन को अवतार बनायो जपे हो जिन अर्जुन देव गुरु फिर संकट जोन गर्भ नहीं आयो आया है बाबा जग ਚੱਕਰ ਕੱਟਿਆ ਜਾਂਦਾ ਹੈ ਉਹ ਸ਼ਰਨ ਵਿੱਚ ਆਪਾਂ ਬੈਠੇ ਹਾਂ ਸਾਰੇ ਆਪ ਨਾਰਾਇਣ ਨਿਤਿਆ ਅਵਤਾਰ ਸੰਤ ਜੀ ਮਹਾਰਾਜ ਦਾ ਦਿਨ ਹੈ ਜਿਸ ਨਗਰ ਵਿੱਚ ਉਹਨਾਂ ਦਾ ਪ੍ਰਕਾਸ਼ ਹੋਇਆ ਬਹੁਤ ਵੱਡੇ ਭਾਗ ਵੱਡਾ ਸਮਾਂ ਮਿਲਿਆ ਆਪ ਨਾਰਾਇਣ ਕਲਾਤਾਰ ਜਗ ਮੇ ਪਰਵਰੇ ਸਾਧ ਰੂਪ ਆਪਣਾ ਤਨ ਧਾਰਿਆ ਪਰਮੇਸ਼ਰ ਨੇ ਆਪਣਾ ਸਾਧ ਰੂਪ ਸਰੀਰ ਬਣਾ ਕੇ ਉਹ ਤਾਂ ਰਮਿਆ ਹੋਇਆ ਸਾਰੇ ਸੰਸਾਰ ਦੇ ਵਿੱਚ ਸਰੀਰ ਤੋਂ ਬਗੈਰ ਉਪਦੇਸ਼ ਨਹੀਂ ਹੁੰਦਾ ਹੈ ਉਪਦੇਸ਼ ਹੁੰਦਾ ਸਰੀਰ ਦੇ ਰਾਹੀਂ ਗੁਰੂ ਨਾਨਕ ਪਾਤਸ਼ਾਹ ਨੂੰ ਵੀ ਸਰੀਰ ਧਾਰਨਾ ਪਿਆ ਹੈ ਜਗਤ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਬਹੁਤ ਇੱਕ ਵੱਡਾ
ਨਿਸ਼ਾਨਾ ਸੀ ਦੁਨੀਆਂ ਦੇ ਭਲੇ ਵਾਸਤੇ, ਦੁਨੀਆਂ ਦੇ ਉਧਾਰ ਵਾਸਤੇ। ਉਹਨਾਂ ਨੇ ਜਿੱਥੇ ਵੀ ਜਾ ਕੇ ਆਵਾਜ਼ ਉਠਾਈ ਹੈ, ਅਨੇਕਤਾ ਹੈ ਸੰਸਾਰ, ਅਨੇਕਤਾ ਚੋਂ ਹੋਕਾ ਦਿੱਤਾ, ਅਨੇਕਤਾ ਵਿੱਚੋਂ ਇੱਕ ਦੀ ਪੜਤਾਲ ਕਰੋ। ਇੱਕ ਕੌਣ ਹੈ ਜਿਹਨੇ ਸ੍ਰਿਸ਼ਟੀ ਨੂੰ ਸਾਜਿਆ? ਸੰਸਾਰ ਚੋਂ ਇੱਕ ਨੂੰ ਪਛਾਣਨਾ ਹੈ। ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਾਈ, ਤੂੰ ਜਿੰਨਾ ਚਿਕਰ ਇੱਕ ਦੀ ਪਛਾਣ ਕਰਕੇ ਉਹਦੇ ਮਗਰ ਨਹੀਂ ਲੱਗਦਾ ਤੇਰਾ ਉਧਾਰ ਨਹੀਂ ਹੋਣਾ। ਮੱਕੇ ਜਾਣ ਦੀ ਲੋੜ ਨਹੀਂ ਸੀ ਗੁਰੂ ਨਾਨਕ ਦੇਵ ਨੂੰ, ਸਿਰਫ ਕਾਜੀ ਗਲਤ ਜਾ ਰਹੇ ਸੀ। ਉਹਨਾਂ ਨੂੰ ਇਹੀ ਉਪਦੇਸ਼ ਦਿੱਤਾ ਕਿ ਮੱਕੇ ਦੇ ਅੰਦਰ ਇਕੱਲੇ ਚ ਖੁਦਾ ਨਹੀਂ ਗਿਆ, ਉਹ ਤਾਂ ਸਾਰੀ ਵਿਆਪਕ ਹੈ, ਸਾਰੀ ਦੁਨੀਆਂ ਚ ਰਮਿਆ ਹੈ। ਇੱਕ ਦੀ ਪ੍ਰਾਪਤੀ ਵਾਸਤੇ ਗੁਰੂ ਨਾਨਕ ਦੇਵ ਮਹਾਰਾਜ ਦੀ ਸੰਗਤ ਇੱਕੋ ਦੀ ਪਰਿਕਰਮਾ ਕਰਦੀ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਨੂੰ ਮਿਲਣ ਦੇ ਉਸ਼ਾਰੇ ਨੇ, ਆਵਾਜ਼ ਦਿੱਤੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹੀ ਆਖਿਆ, ਜਾਗਤ ਜੋਤ ਜਪੈ ਨਿਸਵਾਸਰ ਏਕ ਬਿਨਾ ਹੁਣ ਨੈਕ ਨਾਮ। ਜਾਗਦੀ ਜੋਤ ਪਰਮੇਸ਼ਰ ਦੀ ਸਾਰੇ ਬਸ ਉਹਦੇ ਚਾਨਣ ਵਿੱਚ ਤੁਰਿਆ ਚੱਲ, ਤੈਨੂੰ ਆਂਚ ਨਹੀਂ ਲੱਗਦੀ। ਸੰਤ ਜੀ ਮਹਾਰਾਜ ਨੇ ਵੀ ਇਹੀ ਹੋਕਾ ਦਿੱਤਾ, ਗੁਰਮੁਖੋ ਇੱਕ ਦਾ ਪੱਲਾ ਪਕੜ ਲਓ, ਇੱਕ ਦੇ ਮਗਰ ਤੁਰੋ, ਇੱਕ ਦੀ ਪੜਤਾਲ ਕਰ ਲਓਗੇ ਤੁਹਾਡੀ ਦੁਨੀਆ ਪੜਤਾਲ ਕਰਦੀ ਫਿਰੂਗੀ, ਨਹੀਂ ਤੁਸੀਂ ਪਰਮ ਦੇ ਭਟਕਦੇ ਇੱਥੇ ਰਹਿ ਜਾਓਗੇ। ਸੋ ਮਹਾਰਾਜ ਜੀ ਦੀ ਪਾਵਨ ਅਪਾਰ ਕਿਰਪਾ ਦਾ ਸਦਕਾ ਅੱਜ ਇਸ ਨਗਰ ਦੇ ਵਿੱਚ ਅਵਤਾਰ ਹੋਏ 1923 ਵਿਕਰਮੀ। ਬੜਾ ਸੁੰਦਰ ਪ੍ਰਕਾਸ਼ ਅਵਤਾਰ, ਪਰ ਇਹ ਸਾਡਾ ਭੁਲੇਖਾ ਵੀ ਚੱਕਿਆ ਜਾਵੇ, ਜਨਮ ਮਰਨ ਦੋਹੋ ਮੈਂ ਨਾ ਹੀ, ਜਨ ਪਰ ਉਪਕਾਰੀ ਆਏ। ਨਾ ਜਨਮ ਵਿੱਚ ਹੈ, ਜਨਮ ਵਾਲਾ ਵੀ ਮਰਦਾ ਹੈ, ਮਰਨ ਵਾਲਾ ਵੀ ਜਨਮ ਲੈਂਦਾ ਹੈ। ਸੰਤ ਜੀ ਮਹਾਰਾਜ ਤਾਂ ਸੰਸਾਰ ਵਿੱਚ ਮਰਿਆਂ ਨੂੰ ਜਿਉਂਦੇ ਕਰਨ ਆਏ ਸੀ, ਉਹਨਾਂ ਦੀ ਪੜਤਾਲ ਕਰੋ ਵੀ ਉਹਨਾਂ ਦੇ ਅੰਮ੍ਰਿਤ ਵਚਨ ਜਿਹੜੇ ਹਨ ਬੜੇ ਪੁਰਾਣੇ ਬਜ਼ੁਰਗਾਂ ਤੋਂ ਸੁਣੇ, ਇੱਕ ਇੱਕ ਵਚਨ ਦੇ ਵਿੱਚ ਜੇ ਸਮਝਿਆ ਜਾਵੇ ਮੁਕਤੀਆਂ ਮੁਕਤੀਆਂ। 1923 ਵਿਕਰਮੀ ਵਿੱਚ ਮਹਾਰਾਜ ਦਾ ਅਵਤਾਰ ਹੋਇਆ, ਇਸ ਨਗਰ ਵਿੱਚ ਪ੍ਰਕਾਸ਼ ਹੋਇਆ। ਬਾਬਾ ਕਰਮ ਸਿੰਘ ਦੀ ਮਾਤਾ ਭੋਲੀ, ਸੋ ਮਾਤਾ ਭੋਲੀ ਜੀ ਤੇ ਬਾਬਾ ਕਰਮ ਸਿੰਘ ਜੀ ਸੰਤ ਸੇਵੀ ਜੀਵਨ ਸੀ ਇਹਨਾਂ ਦਾ ਪਹਿਲਾਂ ਤੋਂ ਲੈ ਕੇ। ਸੰਤ ਸੇਵੀ ਸਾਧੂਆਂ ਦੀ ਸੰਗਤ ਕਰਨੀ, ਸਦਾ ਹੀ ਭਲਾ ਸੋਚਣਾ, ਆਏ ਨੂੰ ਝੋਲੀ ਚ ਦੇ ਪਾਉਣਾ ਕੁਛ। ਇੱਕ ਦਿਨ ਹਲ ਜੋਤ ਕੇ ਖੇਤਾਂ ਚਲੇ ਗਏ ਬਾਬਾ ਕਰਮ ਸਿੰਘ ਜੀ। ਜਿਸ ਵੇਲੇ ਹਲ ਜੋਤ ਕੇ ਗਏ, ਅਜੇ ਤਿਆਰੀ ਕਰਦੇ ਨੇ, ਇੱਕ ਮਹਾਤਮਾ ਪੁਰਸ਼ ਆ ਗਏ ਨੇ। ਆ ਕੇ ਮਹਾਤਮਾ ਨੇ ਆਖਿਆ, ਕਹਿੰਦੇ ਗੁਰਮੁਖ ਪਿਆਰਿਆ, ਇਹ ਬੈਲਾਂ ਨੂੰ ਹਾਲ ਖੜੇ ਰਹਿਣ ਦੇ, ਉਰੇ ਸਾਡੇ ਕੋਲ ਆ ਜਾ। ਇਤਨੇ ਨੂੰ ਮਾਤਾ ਜੀ ਭੋਜਨ ਲੈ ਕੇ ਪਹੁੰਚ ਗਏ ਨੇ। ਜਦੋਂ ਪਹੁੰਚੇ ਆਵਾਜ਼ ਦਿੱਤੀ, ਉੱਥੇ ਟੋਕਰਾ ਪ੍ਰਸ਼ਾਦੇ ਲੱਸੀ ਆਦਿਕ ਮੱਖਣ ਆਦਿਕ ਇਹ ਉਤਾਰ ਲਿਆ ਹੈ। ਆਓ ਸੰਤ ਜੀ, ਕੋਈ ਮਹਾਰਿਸ਼ੀ ਜਿਹਦੇ ਸਰੀਰ ਚੋਂ ਝਲਕਾ ਪੈਂਦਾ ਸੀ, ਖਿੱਚ ਪੈਂਦੀ ਸੀ ਕੋਈ ਪਰਮੇਸ਼ਰ ਦੇ ਨਾਮ ਦੀ, ਉਹ ਸ਼ਕਤੀ ਨੇ ਆਖਿਆ, ਕਰਮ ਸਿੰਘ ਆ ਸ਼ੀਸ਼ੀ ਇੱਕ ਤੈਨੂੰ ਅੰਮ੍ਰਿਤ ਜਲਦੀ ਦਿੰਦੇ ਹਾਂ ਅਸੀਂ,
अमृत जल दी शीशी ले जा, तेरे घर विच निरंकार दी जोत ने आना है। जिदे वो प्रकाश करगी ए शीशी तू मैनु एथी वापस कर दई, इन रखेगा किथे? महाराज हुक्म करो इन आपदे मन विच रखी, बस शुद्ध मन करके किसी टिकाने अमृत वेले दा रोज दर्शन करया करी। वो आऊगा जिन्हें मुरदिया नू जिंदगी बख्शनी है, उजड़े खेत जिन्हें बसाने वो तेरे घर विच आऊ। ऋषि दे नैना चो पानी भी आ गया है। बाबा करम सिंह जी ऐता दे के चरणा ते डिग पे, महाराज इनी शक्ति इना प्रताप थोड़ा मैं अंदर झल नहीं सकता, मैनू ये प्रताप झलन की ताकत भी बख्श दो। कहिंदी कोई गल नहीं, उन्हें सारा ही कुछ तेनू दे देना है जिन्हें आना है थोड़े घर विच। बस ऋषि ये कह के चलिया गया, ये वस्तु गुआई ना, जिदे उन्हां दा प्रकाश हो गया वह जमदे मरदे नहीं गण, वो तो अलग ही जोत ने आना गया, पर यह शीशी वापस कर जाई मैनू। जो नजर मारी प्रशादे की इच्छा कर दे छका दिए, पर साधु किसी पास नजर नहीं आया, कि गया कौन सी हो? रब का भेजा कोई दूत सी दरगाही। ये शीशी दिया ए प्रकाश ने वह सुचे घर विच पैदा होने जाके दुनिया नु तारना गया। ऋषि कहिंदा गया ज्योत निरंकार दी तेरे घर आऊं सिखा, ज्योत निरंकार दी तेरे घर आऊं सिखा, तेरे घर आऊं सिखा, ज्योत निरंकार दी तेरे घर आऊं सिखा।
ਮਹਿਸ਼ਰ ਦੀ ਜੋਤ ਤੇਰੇ ਘਰ ਆਉਣੀ ਹੈ। ਆਪ ਮਹਾਰਿਸ਼ੀ ਅਲੋਪ ਹੋ ਗਏ ਨੇ। ਜਿਸ ਵੇਲੇ ਬਾਬਾ ਕਰਮ ਸਿੰਘ ਹਾਰ ਨਹੀਂ ਵਾਹਿਆ ਹੈ, ਬੜੇ ਸੁੱਚੇ ਹਿਰਦੇ ਨਾਲ ਉਹ ਸ਼ੀਸ਼ੀ ਆਪ ਦੇ ਘਰ ਲਿਆ ਕੇ ਬੜੇ ਸੋਹਣੇ ਕਿਸੇ ਢੰਗ ਨਾਲ ਉਹਨੂੰ ਸੰਭਾਲ ਕੇ ਰੱਖ ਦਿੱਤਾ ਹੈ। ਉਹ ਦਿਨ ਆਇਆ ਜਿਹੜਾ ਅੱਜ ਅਸੀਂ ਬੜੇ ਸਤਿਕਾਰ ਨਾਲ ਇੰਤਜ਼ਾਰ ਕਰਦੇ ਹਾਂ, ਉਹ ਦਿਹਾੜੇ ਦਾ ਉਹ ਪ੍ਰਕਾਸ਼ ਹੋ ਗਿਆ ਹੈ। ਸਾਰੇ ਮਹੱਲੇ ਦੇ ਵਿੱਚ ਬੜੇ ਸਨਮਾਨ ਨਾਲ ਵਧਾਈਆਂ ਵੰਡੀਆਂ ਗਈਆਂ, ਰਿਸ਼ਤੇਦਾਰੀਆਂ ਨੂੰ ਪੱਤਰਿਕਾ ਦਿੱਤੀਆਂ। ਇਸ ਲੋਟ ਬਾਬਾ ਜੀ ਨੇ ਚੇਤੇ ਆਇਆ ਉਹ ਸ਼ੀਸ਼ੀ ਜਾ ਕੇ ਚੁੱਕੀ ਹੈ, ਲੈ ਕੇ ਸ਼ੀਸ਼ੀ ਚੁੱਪ ਚਾਪ ਹੀ ਐ ਵੱਟ ਦੇ ਉੱਤੇ ਆਪਦੇ ਖੇਤ ਦੇ ਬਲਗਣ ਤੇ ਜਾ ਕੇ ਧਿਆਨ ਕਰਦੇ। ਜੋ ਨਾਦਰ ਮਾਰੀ ਫਕੀਰ ਹੱਸ ਪਿਆ, ਕਰਮ ਸਿੰਘਾ ਲਿਆ ਸਾਡੀ ਅਮਾਨਤ ਦੇ ਜਾ। ਇਹ ਚਰਨਾਂ ਤੇ ਡੇਗ ਕੇ ਝੋਲੀ ਵਿੱਚ ਸ਼ੀਸ਼ੀ ਪਾ ਦਿੱਤੀ। ਕਹਿੰਦੇ ਅਕਾਲ ਪੁਰਖ ਨੇ ਖੁਸ਼ੀਆਂ ਬਖਸ਼ੀਆਂ, ਬਾਬਾ ਕਰਮ ਸਿੰਘ ਬਰਾਗ ਵਿੱਚ ਆ ਕੇ ਬੋਲਿਆ ਨਹੀਂ ਗਿਆ। ਮਹਾਰਾਜ ਆਪ ਦੀ ਮਹਾਨ ਕਿਰਪਾ ਹੈ। ਅੱਛਾ ਦੇਖ ਬਾਬਾ ਕਰਮ ਸਿੰਘ, ਇਹ ਹਰਿਆ ਭਰਿਆ ਪਿੱਛੇ ਤੇਰੇ ਖੇਤ ਕਿੰਨਾ ਸੁੰਦਰ ਹੈ, ਪਿੱਛੇ ਤੱਕਿਆ ਤੇ ਉੱਥੇ ਕੋਈ ਨਜ਼ਰ ਹੀ ਨਹੀਂ ਆਇਆ ਹੈ, ਕਿੱਧਰ ਗਈ ਉਹ ਸ਼ਕਤੀ। ਆਪ ਨਾਰਾਇਣ ਕਲਾ ਧਾਰ ਜਗਮੇ ਪਰਵਰਿਓ, ਆਪ ਹੀ ਪਰਮੇਸ਼ਰ ਸੀ। ਇਸ ਵੇਲੇ ਬਾਲਪਨ ਵਿੱਚੋਂ ਬਚਪਨ ਵਿੱਚੋਂ ਐ ਕਿਸ਼ੋਰ ਜਵਾਨੀ ਵਿੱਚ ਆਏ, ਬੱਚਿਆਂ ਨਾਲ ਖੇਡਣਾ ਵੀ ਸਮਾਂ ਸੀ। ਅੱਜ ਖੇਤਾਂ ਦੇ ਵਿੱਚ ਜਾਂਦੇ ਮੱਝੀਆਂ ਗਊਆਂ ਲੈ ਕੇ ਆਪਦੇ ਸਾਥੀਆਂ ਨਾਲ ਜਾਂਦੇ ਨੇ, ਲੀਰਾਂ ਪਾੜ ਕੇ ਗੰਢਾਂ ਦੇ ਕੇ ਮਾਲਾ ਬਣਾ ਦੇਣੀਆਂ ਪੰਜ ਚਾਰ, ਲੈ ਪ੍ਰੇਮੀ ਆ ਤੂੰ ਜਪਿਆ ਕਰ, ਇਹ ਤੂੰ ਜਪਿਆ ਕਰ, ਬੈਠ ਕੇ ਵਾਹਿਗੁਰੂ ਜਾਪ ਕਰਾਉਂਦੇ ਰਹਿਣ। ਤਾਂ ਸੰਤਾਂ ਨੇ ਮਨ ਵਿੱਚ ਸੋਚਿਆ ਵੀ ਆਪਾਂ ਰੋਜ਼ ਜਾਪ ਕਰਦੇ ਹਾਂ ਪ੍ਰਸ਼ਾਦ ਨਹੀਂ ਬਣਦੇ। ਮਾਤਾ ਜੀ ਦੇ ਇੱਕ ਭੁਰਲੀ ਵਿੱਚੋਂ ਬੁੱਕਲ ਮਾਰਨੀ ਭੇਲੀ ਰੋਜ਼ ਲੈ ਜਾਂਦੇ ਸੀ। ਮਾਤਾ ਜੀ ਨੇ ਸੋਚਿਆ ਵੀ ਵਰਤ ਦੇ ਕਾਟਾਂ ਤੇ ਜਾਂਦਾ ਜ਼ਿਆਦੇ ਹੈ, ਗੁੜ ਜਾਂਦਾ ਕਿੱਥੇ, ਕੌਣ ਲਿਜਾਂਦਾ, ਬਸ ਇਹ ਵੀ ਕਾਰਸ਼ ਤਾਂ ਨਹੀਂ ਹੈ ਸਾਰੀ। ਇੱਕ ਦਿਨ ਮਾਤਾ ਜੀ ਜਦੋਂ ਪਿੰਡ ਲੰਘ ਗਏ, ਮਹਾਰਾਜ ਬੁੱਕਲ ਵਿੱਚ ਭੇਲੀ ਗੁੜਦੀ ਹੈ, ਬੜੀ ਖੁਸ਼ੀ ਹੈ ਆਪਦੇ ਸੱਜਣਾਂ ਨੂੰ ਛਕਾਵਾਂਗੇ ਜਾ ਕੇ। ਮਾਤਾ ਜੀ ਨੇ ਬਾਂਹ ਪਕੜ ਲਈ ਮਗਰੋਂ ਜਾ ਕੇ, ਇਹ ਤੇਰੀ ਬੁੱਕਲ ਚ ਕੀ ਹੈ, ਚੁੱਪ ਖੜੇ ਰਹੇ, ਬਚਨ ਨਹੀਂ ਦੁਹਰਾਇਆ ਹੈ। ਆਖਿਆ ਖੋਲ ਬੁੱਕਲ, ਕੀ ਹੈ ਤੇਰੀ ਬੁੱਕਲ ਵਿੱਚ, ਬੁੱਕਲ ਖੋਲ ਲਈ ਤੇ ਗੁੜਦੀ ਭੇਲੀ। ਐ ਮਾਤਾ ਜੀ ਨੇ ਕਹਿਤਾ ਜਾ ਧੱਕੇ ਮਾਂਗੂ ਕਿ ਇੱਥੇ ਖੜਾ ਰਹੇ ਥੀ। 9 ਵਜੇ ਅੰਮ੍ਰਿਤ ਵੇਲੇ ਭੇਲੀ ਲੈ ਕੇ ਮਾਤਾ ਜੀ ਘਰ ਆ ਗਏ, ਸ਼ਾਮ ਦੇ 4 ਵਜੇ ਉੱਥੇ ਖੜੇ। ਲੋਕੀ ਦੇਖ ਕੇ ਲੰਘ ਜਾਂਦੇ ਨੇ। ਕਿਸੇ ਮਾਈ ਨੇ ਜਾ ਕੇ ਦੱਸਿਆ, ਭੈਣ ਮੈਂ ਕਈ ਗੇੜੇ ਮਾਰੀਆਂ, ਤੁਹਾਡਾ ਲੜਕਾ ਬਹੁਤ ਦੇਰ ਦਾ 4 ਵਜੇ ਅੰਮ੍ਰਿਤ ਵੇਲੇ ਦਾ ਹੀ ਖੜਾ ਉੱਥੇ। ਮਾਤਾ ਜੀ ਦੇ ਚੇਤੇ ਆਈ ਗੱਲ, ਨੇ ਰੋਂਦੀ ਜਾਂਦੀ ਭੱਜੀ ਜਾ ਕੇ ਐ ਗਲਵੰਗੜੀ ਪਾ ਲਈ, ਪੁੱਤਰ ਇੱਥੇ ਖੜੇ। ਹਾਂ ਮਾਤਾ ਜੀ, ਤੁਹਾਡਾ ਹੁਕਮ ਸੀਗਾ। ਉਹ ਸਮਾਂ ਫਿਰ ਇਹ ਮਾਤਾ ਦੇ ਹਿਰਦੇ ਤੇ ਸੱਟ ਵੱਜੀ, ਪੁੱਤਰੇ ਪੜੋਲੀਆਂ ਕੀ ਜੋ ਕੁਛ ਵੀ ਹੈ ਤੇਰਾ ਲਟਾ ਦੇ ਸਾਨੂੰ ਇੱਛਾ, ਪਰ ਮੈਨੂੰ ਤੂੰ ਖਿਮਾ ਕਰ ਦੇ। ਮਹਾਰਾਜ ਕਹਿੰਦੇ ਮਾਤਾ ਜੀ, ਪੁੱਤਰ ਦੇ ਵਾਸਤੇ ਹਵੇਲੀਆਂ ਵੀ ਥਾਂ ਨਹੀਂ ਦਿੰਦੀਆਂ, ਮਹਿਲ ਵੀ ਥਾਂ ਨਹੀਂ ਦਿੰਦੇ, ਪੁੱਤਰ ਵਾਸਤੇ ਮਾਂ ਦੇ ਦਿਲ ਵਿੱਚ ਬੜਾ ਥਾਂ ਹੁੰਦਾ ਹੈ, ਬਹੁਤ ਜਗ੍ਹਾ ਹੈ, ਤੁਸੀਂ ਚਿੰਤਾ ਨਾ ਕਰੋ, ਕੋਈ ਚਿੰਤਾ ਨਾ ਕਰੋ। ਪੁੱਤਰ ਤੇਰਾ ਪਿਤਾ ਤਾਂ ਇਹੀ ਆਖਦਾ ਵੀ ਇਹ ਤੇਰੇ ਪਾਊਗਾ ਕੰਢੀਆਂ, ਮਾਤਾ ਉਹ ਕੰਢੀਆਂ ਪਾਵਾਂਗੇ, ਰਾਣੀਆਂ ਚਰਨ ਧੋਇਆ ਕਰਨਗੀਆਂ ਤੁਹਾਡੇ, ਜਿਹੜੀਆਂ ਪਰਦਿਆਂ ਵਿੱਚ ਰਹਿੰਦੀਆਂ ਨੇ ਨਾ ਉਹ ਤੁਹਾਡੇ ਚਰਨ ਧੋਇਆ ਕਰਨਗੀਆਂ, ਉਹ ਪਾਣੀ ਨਹੀਂ ਡੋਲਣਾ, ਉਹ ਛਕਿਆ ਕਰਨਗੀਆਂ। ਇਹ ਸੱਤ ਹੋਇਆ ਦਾਸ ਦੀ ਦਾਦੀ ਨੇ ਡੂੜੀਆਂ ਵਾਲੀ ਸਰਦਾਰਨੀ ਰਾਜ ਮਾਤਾ ਦੋਨੇ ਚਰਨ ਧੋਂਦੀਆਂ ਤੇ ਮਸਤਵਾਂ ਨੇ
दास की दादी कोल बैठी सी, माता दे अखियां चो जल आ गया सी। जो चरण धोंदी राज माता कहिंदी, माता जी की गल? कहिंदी इन्हां दे बचपन दे जेड़े वचन सी सफले हो रहे ने, मैनू तां गोहा भी नहीं कोई चकन दिंदा सी। सत्थां चो अज राणी आ, पर्दियां दे को दी मक्खी ना लंघे, ओ मेरे पैर धोने प्रताप ही इन्हां दा है। सीन महाराज देसा मने आए जो सारे तो कोई वर्ण नहीं कर सकता। अगे महाराज जवान अवस्था होनी, फौज विच भी बड़ा समा गुजारिया, ऐ दसना ड्यूटियां तो परे जाके किते भगती कर लग जाना टिब्बियां ते सौणियां चो, उथों शिकायत लोकां ने करनी अफसर कोले कि वह तो संतरी बनाए ने ते बैठे तपस्या कर द, आके अफसर ने देखना तो उस तरह फरजेंटी नाल मिलना उस अफसर, जदों देखना जाके तो उत्थे तपस्या भी है। ऐसे कौतक फौज विच बड़े होए, आखिरकार हजूर का समा सी जिहड़ा कनोहे की धरती दे विच आपां सोचिए जिते आपने विचार लेके जाने ने कास वास्ते आए सी संसार विच, ओ कनोहे की धरती च माता भाग परी जी नू ए दरगाह हुई लिखी सी सेवा भी तू इन्हां दी सेवा करनी है। हर एक दी की गति है, ऐसियां कंधरां नौ टुट जाने पहाड़ी च तुरन वेले, छाले पै जाने पथरीली धरती विच, रोज जाना भोजन लेके महापुरख दा, दाल दी कौली कदे दुध दी कौली, इच्छा हुंदी शकलें दी आपां नचोड़ देखना है कि 40 दिन ऐ चौकड़ा एक टक अंग नहीं हलना है, रात ने भी लंघना है, पर पानी दा सोमा कोले वगदा सी, ऐ दृष्टि नाल ही ऐ मुख अड़ के ही ऐ देख लेंदे जल शकलिया बस।
ਨੇਤਰਾਂ ਨਾਲ ਤੱਕ ਲੈਣਾ ਇਹ ਜਲ ਜਾਂਦਾ ਹੈ, ਮੁੱਖ ਅੱਡ ਲੈਣਾ ਸ਼ਕਲ ਆ, ਇਹਨਾਂ ਸਬਰ ਕਰ ਲੈਣਾ। ਰੱਬ ਕਿੱਥੇ ਹੋਊਗਾ, ਕੋਲ ਹੀ ਰੱਬ ਬੈਠਾ ਸੀ, ਉੱਥੋਂ ਦੂਰ ਤਾਂ ਨਹੀਂ ਹੋ ਸਕਦਾ। ਪਰ ਉਸ ਵੇਲੇ ਜਿਹਦੇ ਨਾਗ ਜਹਿਰੀ, ਜਿਨ੍ਹਾਂ ਦੀ ਜ਼ਹਿਰ ਅੰਦਰ ਤਪਾ ਰਹੀ ਸੀ, ਉਹ ਐ ਚਰਨਾਂ ਤੇ ਸਿਰ ਤਰ ਕੇ ਸੌ ਜਾਂਦੇ ਆ, ਕੇ ਪਤਾ ਨਹੀਂ ਹੈ, ਗੋਡਿਆਂ ਤੇ ਲਿਪਟ ਜਾਂਦੇ, ਪੈਰਾਂ ਦੇ ਮੌਜ ਨਾਲ ਜ਼ਹਿਰ ਸ਼ਾਂਤ ਹੋ ਜਾਂਦੀ। ਦੁਨੀਆਂ ਦੇ ਲੋਕ ਕਹਿੰਦੇ ਨੇ ਸੱਪ ਡੱਸ ਗਿਆ ਸੀ ਸੰਤਾਂ ਨੂੰ, ਜੇ ਡੱਸ ਵੀ ਗਿਆ ਤਾਂ ਮੁਕਤ ਹੋ ਗਿਆ ਹੋਊਗਾ, ਕੋਈ 84 ਕੱਟੀ ਗਈ ਜੇ ਸੱਪ ਡੱਸ ਵੀ ਗਿਆ। ਪਰ ਨਹੀਂ, ਉਹ ਸ਼ਿਵ ਜੀ ਤਰਸਦਾ ਮੈਨੂੰ ਦਰਸ਼ਨ ਹੋਵੇ ਇਹਨਾਂ ਦਾ, ਉਹਦੇ ਗਲ ਚ ਰੋਜ਼ ਹੀ ਨਾਗ ਰਹਿੰਦੇ ਨੇ, ਉਹਨੂੰ ਨਹੀਂ ਦੱਸਦੇ। ਨਾਗਾਂ ਨੂੰ ਰੱਖਣ ਵਾਲਾ ਕਹਿੰਦਾ ਮੈਨੂੰ ਦਰਸ਼ਨ ਕਦੋਂ ਹੋਵੇ, ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਹੁਣ ਪਰਮੇਸ਼ਰ ਜੀ ਨੇ ਰਚੇ ਨੇ ਸੱਪ, ਉਹਨੂੰ ਕੀ ਕਰਨਗੇ, ਇਹ ਤਾਂ ਉਹਨਾਂ ਮਹਾਤਮਾ ਦੀ ਇੱਕ ਨਿੰਦਿਆ ਕਰਾ ਗਏ, ਲੱਸੀ ਛਕੀ ਜਾਂਦੇ ਆ ਨਿੰਦਿਆ ਦੀ, ਬਸ ਐ ਹੋ ਗਿਆ ਜੀ, ਵਾਹ ਹੋ ਗਿਆ ਜੀ, ਇਹ ਗਲਤ ਹੈ। ਸਾਧ ਸੰਗਤ ਉਸ ਵੇਲੇ ਮਹਾਰਾਜ ਜੀ ਬੈਨ ਆਨੰਦ ਵਿੱਚ ਬੈਠੇ, ਸਰਪ ਬੈਠੇ, ਮਾਤਾ ਭੋਲੀ ਦੇ ਸਪੁੱਤਰ ਭਾਗ ਭਰੀ ਮਾਤਾ ਦੇ ਕੌਲ ਸਬਜ਼ੀ ਦਾ ਖੱਤ ਵਿੱਚ ਹੈ, ਦੂਰੋਂ ਦੇਖਦੀ ਹੈ ਜਿਵੇਂ ਚੰਦਨ ਨੂੰ ਲਿਪਟੇ ਹੁੰਦੇ ਨੇ ਨਾਗ, ਇਹ ਚਰਨਾਂ ਨੂੰ ਲਿਪਟੇ ਬੈਠੇ। ਇੱਕ ਕੋਈ ਖੇਤੀ ਦਾ ਰੱਖ ਉਹਦੇ ਕੋਲ ਭੱਜੀ ਵੀ, ਵੀਰਾ ਆਈ, ਅਹ ਸਰਪ ਨੇ ਮੇਰੇ ਸਤਿਗੁਰੂ ਦੇ ਪੈਰਾਂ ਨੂੰ ਚਿੰਬੜੇ ਹੁੰਦੇ। ਜਦੋਂ ਕੋਲੇ ਆਏ ਤਾਂ ਉਹਨਾਂ ਦੀਆਂ ਪੂਛਾਂ ਲਿਪਟੀਆਂ ਹੋਈਆਂ ਨੇ, ਤੇ ਫੜ ਲੈ ਕੇ ਉਹਨਾਂ ਕੰਨੀ ਗਏ ਵੀ ਇੱਥੇ ਨਹੀਂ ਆਉਣਾ ਤੁਸੀਂ, ਸਰਪ ਫੜ ਕਰ ਲਏ ਉੱਧਰ। ਉਹ ਕਹਿੰਦਾ ਮਾਤਾ ਜੀ ਇਹ ਤਾਂ ਲੀਲਾ ਹੈ ਮਹਾਤਮਾ ਦੀ, ਇਧਰ ਆ ਜਾ। ਆਪਦੇ ਆਨੰਦ ਚ ਬੈਠੇ, ਮਰ 40ਵਾਂ ਦਿਨ ਸੀ ਐ। ਫਿਰ ਜਦੋਂ ਵਾਹਿਗੁਰੂ ਕਿਹਾ, ਜਿਹੜੇ ਬਿਰਸ ਸੀ ਉਹਨਾਂ ਚੋਂ ਵੀ ਵਾਹਿਗੁਰੂ ਵਾਹਿਗੁਰੂ ਆ ਰਿਹਾ ਸੀ। ਗੁਰਮੁਖ ਰੋਮ ਰੋਮ ਹਰ ਧਿਆਵੇ, ਰੋਮ ਰੋਮ ਇੱਕ ਵਾਰ ਵਾਹਿਗੁਰੂ ਕਹਿਣਾ ਤੇ ਗਰੋਮਾਂ ਦੇ ਵਿੱਚੋਂ ਵੀ ਵਾਹਿਗੁਰੂ ਜਾਪ ਚੱਲ ਪਿਆ। ਬਸ ਇਹ ਹੁਣ ਜਿਹੜੇ ਸਰੀਰ ਹੈ ਨਾ, ਫਿਰ ਵੀ ਇਹਨਾਂ ਦੀਆਂ ਮਾਲਸਾਂ ਕਰ ਕਰਕੇ ਫਿਰ ਸਿੱਧੇ ਕੀਤੇ। ਬਸ ਜਿਹੜੀ ਸਾਫਤੀ ਥੱਲੇ ਉਹ ਸਿਉਂਖ ਨੇ ਖਾ ਲਈ, ਕਛਹਿਰੇ ਦਾ ਵਸਤਰ ਵੀ ਸਿਉਂਖ ਨੇ ਖਾ ਲਿਆ, ਚਮੜੀ ਵੀ ਸਿਉਂਖ ਨੇ ਖਾ ਲਈ। ਉਹ ਰੀਸਾਂ ਜੇ ਕੋਈ ਉਹਨਾਂ ਦੀਆਂ ਕਰੇ ਨਹੀਂ ਹੋ ਸਕਦੀਆਂ, ਮੈਂ ਉੱਥੇ ਝੁਕਣ ਦੀ ਲੋੜ ਹੈ, ਇੱਥੇ ਤਾਂ ਸਭ ਕੁਛ ਮਿਲ ਜਾਂਦਾ ਝੁਕੇ ਹੋਏ ਨੇ। ਇਹਦਾ ਘੋਰ ਤਪ ਕਰਕੇ ਫਿਰ ਸਾਧ ਸੰਗਤ ਹੌਲੀ ਹੌਲੀ ਉੱਥੇ ਸੇਵਾ ਕਰਦੇ ਆ, ਮਾਤਾ ਭਾਗ ਭਰੀ ਨੂੰ ਕਹਿਣ ਲੱਗੇ ਬੱਚੀ ਹੁਣ ਅਸੀਂ ਛੁੱਟੀਆਂ ਮੰਗਦੇ ਹਾਂ, ਅਕਾਲ ਪੁਰਖ ਦਾ ਹੁਕਮ ਕੋਈ ਹੋਰ ਹੈ। ਮਹਾਰਾਜ ਮੇਰਾ ਕੀ ਹਾਲ, ਤੁਸੀਂ ਮੱਛੀ ਨੂੰ ਤਪਦੇ ਰੇਤ ਤੇ ਸਿੱਟ ਕੇ ਤੁਰ ਚੱਲੇ, ਇਹ ਬਚੂ ਕਿਵੇਂ? ਕਹਿੰਦੇ ਨਹੀਂ, ਤੁਸੀਂ ਇਸ ਤੜਫਦਿਆਂ ਨੂੰ ਬਚਾਓਗੇ, ਸੰਗਤ ਕਰਾਇਆ ਕਰੋ। ਮਹਾਰਾਜ ਫਿਰ ਇੱਕ ਬਖਸ਼ਿਸ਼ ਕਰ ਦਿਓ, ਜਦੋਂ ਮੈਂ ਮਰਾਂ ਮੇਰੇ ਕੰਨ ਹੀ ਲੱਗ ਕੇ ਚੱਲਿਓ, ਤੁਸੀਂ ਹੋਰ ਨਹੀਂ ਕੁਛ ਮੰਗਦੀ ਮੈਂ, ਨਾ ਬੁਕੁੰਠ ਮੰਗਾ ਨਾ ਦੁਨੀਆਂ ਦਾ ਸੁੱਖ ਮੰਗਾ, ਤੇ ਮੈਨੂੰ ਚੱਕ ਕੇ ਤੁਸੀਂ ਅੰਗੀਠੇ ਤੇ ਰੱਖਿਓ। ਕਿੱਡੀ ਵੱਡੀ ਮੰਗ ਨਾ, ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ, ਜੇ ਗੁਰੂ ਕਿਰਪਾ ਕਰੇ ਤਾਂ ਮੰਗੇ ਵੀ ਕੀ, ਬਸ ਇਹ ਨਾਮ ਦੀ ਦਾਤ ਮੰਗੀ ਮਾਤਾ ਨੇ। ਮੈਨੂੰ ਰੱਖੀ ਚਰਨਾਂ ਦੇ ਨਾਲ ਜੋੜ ਕੇ, ਚਰਨਾਂ ਦੀ ਮਾਸ ਬੜੀ, ਮੈਨੂੰ ਰੱਖੀ ਚਰਨਾਂ ਦੇ ਨਾਲ ਜੋੜ ਕੇ, ਚਰਨਾਂ ਦੀ ਮਾਸ ਬੜੀ, ਮੈਨੂੰ ਰੱਖੀ ਜੋੜ ਕੇ, ਚਰਨਾਂ ਦੀ ਮਾਸ ਬੜੀ, ਰੱਖੀ
ਪੁਰਖ ਦੇ ਚਰਨਾਂ ਦਾ ਕੋਈ ਦੱਸੂ ਵੀ ਕਿੰਨਾ ਕੁ ਸੁੱਖ ਹੈ, ਇਹਦਾ ਜਿਹੜਾ ਬੈਠਾ ਉਹ ਤੇ ਉਹੀ ਮਾਣਦਾ। ਮੱਖੀ ਨੂੰ ਪੁੱਛੇ ਕੋਈ ਮੱਖੀ ਕਿਹਨੂੰ ਦੱਸੂ ਵੀ ਸਹਿਤ ਦਾ ਆਨੰਦ ਕੀ ਹੈ। ਇਸ ਤਰ੍ਹਾਂ ਸਮਾਂ ਜਦੋਂ ਲੰਘਦਾ ਗਿਆ, ਮਹਾਰਾਜ ਪਹਾੜੀ ਦੇ ਉੱਤੇ ਛੰਨ ਪਾਈ ਹੋਈ, ਹੁਣ ਸਰੀਰ ਸਿਥਲ ਤਾਂ ਬਹੁਤ ਹੈ, ਅੱਧੀ ਕੰਬਲੀ ਪਾੜ ਕੇ ਦਸਤਾਰ ਸਜਾਈ ਅੱਧੀ ਮੋਢਿਆਂ ਦੇ ਉੱਤੇ, ਚਰਨਾਂ ਚ ਨਹੀਂ ਕੁਛ, ਚਰਨਾਂ ਚ ਹੈ ਕਿਉਂ ਨੀ, ਕਰੋੜਾਂ ਸੁਖ ਸਾਧਨ ਚਰਨਾਂ ਚ ਹੀ ਪਏ ਸੀ ਪਰ ਜੁੱਤਾ ਨਹੀਂ ਸੀ। ਉਸ ਵੇਲੇ ਮਹਾਰਾਜ ਜੀ ਦੇ ਚਰਨਾਂ ਚ ਬਾਬਾ ਕਲਿਆਣ ਦਾਸ ਪੰਡਿਤ ਸੀ, ਅੰਮ੍ਰਿਤਸਰ ਕੇ ਕਲਿਆਣ ਸਿੰਘ ਬਣੇ, ਆਪਦੇ ਸਹੁਰੀ ਆਇਆ, ਸਹੁਰੇ ਦੇ ਨਾਲ, ਸਹੁਰਾ ਕਹਿੰਦਾ ਚੱਲ ਮਹਾਤਮਾ ਨੇ ਇੱਕ ਬਸ ਭੁੱਖ ਮਿਟ ਜਾਂਦੀ ਹੈ ਦਰਸ਼ਨ ਕਰਕੇ, ਐਡਾ ਪ੍ਰਤਾਪ ਹੈ, ਚਲੋ ਕਹਿੰਦੇ ਮੈਂ ਤਾਂ ਜਾਊਂ, ਜੇ ਜਾਂਦੇ ਨੂੰ ਕਹਿਣਗੇ ਬਹਿ ਜਾ ਕਲਿਆਣ ਦੱਸ ਹੈ ਇੱਧਰ, ਉਹ ਕਹਿੰਦੇ ਇਹ ਤੂੰ ਸਮਝ ਨਹੀਂ ਪਰ ਮੇਰੇ ਨਾਲ ਚੱਲ, ਇਹ ਦਰੀ ਵਿਛੀ ਹੋਈ ਹੈ, ਮੁਸਲਮਾਨ ਫਕੀਰ ਬੈਠੇ ਨੇ ਦੋ ਕੋਲੇ, ਬੜੀ ਕਮਾਈ ਵਾਲੇ, ਬ੍ਰਹਮ ਗਿਆਨ ਦੀ ਕੋਈ ਗੱਲ ਖੁਦਾ ਦੇ ਨਾਂ ਦੀ ਚੱਲੀ ਹੋਈ ਸੀ, ਐ ਬੈਠਣ ਲੱਗੇ, ਕਹਿੰਦੇ ਤੂੰ ਕਲਿਆਣ ਦੱਸ ਹੈ ਇੱਧਰ ਬਹਿ ਜਾ ਸਾਡੇ ਕੰਨੀ। ਮਹਾਰਾਜ ਕਹਿੰਦੇ ਬਸ ਬੈਠ ਗਿਆ, ਸਮਾਪਤੀ ਹੋ ਗਈ ਬਚਨ ਬਲਾਸ ਦੀ। ਮਹਾਰਾਜ ਕਹਿੰਦੇ ਰਹਿ ਰਾਸ ਦਾ ਟਾਈਮ ਕਰ ਲਈਏ। ਉਹ ਸਹੁਰਾ ਕਹਿੰਦਾ ਆ ਫਿਰ ਕਲਿਆਣ ਦੱਸ, ਕੱਲ ਨੂੰ ਆਵਾਂਗੇ। ਕਹਿੰਦਾ ਹੁਣ ਕੱਲਾ ਤਾਂ ਖਤਮ ਹੋ ਤਾਂ ਇੱਥੇ ਹੀ ਰਹਾਂਗੇ, ਹੁਣ ਕਿੱਧਰ ਜਾਣਾ, ਇਹਨਾਂ ਦੇ ਚਰਨਾਂ ਚ ਹੀ ਰਹਾਂਗੇ ਹੁਣ ਨੀ, ਤੁਸੀਂ ਲੜਕੀ ਘਰ ਹੀ ਰੱਖੋ ਆਪਦੀ, ਬੋਲੋ ਸਤਨਾਮ ਸ੍ਰੀ ਵਾਹਿਗੁਰੂ, ਬਸ ਹੁਣ ਨੀ ਮੈਂ ਜਾ ਸਕਦਾ, ਕਿਤੇ ਜਾਵਾਂ ਕਿੱਥੇ, ਹੁਣ ਜਾਣ ਵਾਲਾ ਹੀ ਨੀ ਅੰਦਰ ਰਿਹਾ ਮੇਰੇ, ਖਤਮ ਹੋ ਗਏ। ਮਹਾਰਾਜ ਕਹਿੰਦੇ ਪੰਜ ਸੱਤ ਦਿਨ ਤੋਂ ਬਾਅਦ ਫਿਰ ਉੱਥੇ ਅੰਮ੍ਰਿਤ ਛਕਾਇਆ, ਉਹਦਾ ਨਾਂ ਕਲਿਆਣ ਦਾਸ ਤੋਂ ਕਲਿਆਣ ਸਿੰਘ ਰੱਖਿਆ। ਰਾਸਾਂ ਵਿੱਚ ਕੀਰਤਨ ਕਰਦਾ ਹੁੰਦਾ, ਇੱਧਰ ਗੁਰਬਾਣੀ ਦਾ ਕਰਨਾ ਸ਼ੁਰੂ ਕਰਤਾ, ਸਾਜਾਂ ਦਾ ਬੜਾ ਬਲੀ ਸੀ। ਮਹਾਰਾਜ ਕਹਿੰਦੇ ਬਈ ਇਹ ਗੱਲ ਕਰਨੀ ਪਊਗੀ, ਆਇਆ ਭੋਜਨ ਨਹੀਂ ਛਕਣਾ, ਮਜ਼ੂਰੀ ਕਰਕੇ ਆਇਆ ਕਰੋ ਜਾ ਕੇ, ਉਹ ਮਜ਼ੂਰੀ ਦੇ ਪੈਸਿਆਂ ਦਾ ਭੋਜਨ ਛਕਿਆ ਕਰਾਂਗੇ। ਕਲਿਆਣ ਸਿੰਘ ਤੇ ਇੱਕ ਸਿੰਘ ਹੋਰ ਸੀ, ਉਹ ਦੋਨੇ ਸ਼ਾਹੂਕਾਰ ਦੀ ਹਵੇਲੀ ਬੜੀ ਸੋਹਣੀ ਬਣਦੀ ਹੈ, ਉਹ ਹਵੇਲੀ ਚ ਟੋਕਰੀ ਢਾਉਂਦੇ, ਫਿਰ ਉੱਥੋਂ ਜਿਹੜੇ ਪੈਸੇ ਬਣਦੇ ਆਟਾ ਦਾਲ ਲਿਆਉਣੀ ਉਹ ਪਕਾਉਣਾ। ਸੰਤ ਮਹਾਰਾਜ ਕਹਿੰਦੇ ਅੰਮ੍ਰਿਤ ਵੇਲੇ ਉੱਠੇ ਕਲਿਆਣ ਸਿੰਘਾ, ਸਾਡੀ ਭਾਗ ਤੇ ਤੇਰੇ ਵਰਗੇ ਪੁਰਸ਼ ਸਾਨੂੰ ਮਿਲ ਗਏ, ਕਿੱਡੇ ਕਰਮ ਸੀ ਸਾਡੇ, ਆਹ ਜਿਹੜਾ ਤੂੰ ਕਮਾਈ ਕਰਕੇ ਅੰਨ ਲਿਆਉਂਦਾ ਨਾ, ਰੱਬ ਦੇ ਚਰਨਾਂ ਚੋਂ ਟੁੱਟਣ ਕਿਹੜਾ ਦਿੰਦਾ ਹੈ, ਸੁਰਤੀ ਟੁੱਟਦੀ ਨਹੀਂ, ਐਡਾ ਤੇਰੀ ਸੁੱਚੀ ਕਮਾਈ ਦਾ ਅੰਨ ਹੈ। ਬੜੇ ਪ੍ਰੇਮ ਦੇ ਵਚਨ ਕਰਦੇ। ਤਿੰਨ ਦਿਨ ਤਾਂ ਹੋ ਗਏ, ਚੌਥੇ ਦਿਨ ਮਹਾਰਾਜ ਵੀ ਕੰਬਲ ਮਾਰ ਲਈ ਮੋਢਿਆਂ ਤੇ, ਕਹਿੰਦੇ ਮਹਾਰਾਜ ਤੁਸੀਂ, ਕਹਿੰਦੇ ਅਸੀਂ ਵੀ ਚੱਲਾਂਗੇ ਅੱਜ ਮਜ਼ਦੂਰੀ ਕਰਨ। ਜਿਸ ਵੇਲੇ ਸ਼ਾਹੂਕਾਰ ਦੇ ਵਿਹੜੇ ਚ ਵੜੇ, ਹੁਣ ਮਜ਼ਦੂਰਾਂ ਨਾਲ ਕਿੱਥੇ ਰਹਿਣ, ਚੰਦਰਮਾ ਤਾਰਿਆਂ ਚ ਕਿਵੇਂ ਲੁਕ ਸਕਦਾ, ਅਸੀਂ ਤਿੰਨ ਆਏ ਅੱਜ ਕਲਿਆਣ ਸਿੰਘ ਕਹਿੰਦੇ, ਆ ਕੋਈ ਗੱਲ ਨੀ, ਕੰਮ ਬਹੁਤ ਹੈ ਕਰੋ। ਜਦੋਂ ਮਹਾਰਾਜ ਇੱਟ ਚੱਕਣ ਸਤਨਾਮ, ਜਦੋਂ ਸਿੱਟਣ ਜਾ ਕੇ ਫੇਰ ਵੀ ਸਤਨਾਮ। ਮਿਸਤਰੀ ਕਹਿੰਦੇ ਸੇਠ ਜੀ ਇਹ ਮਜ਼ਦੂਰ ਨੇ, ਇਹ ਤਾਂ ਪਰਮੇਸ਼ਰ ਆਇਆ ਇੱਥੇ, ਠਹਿਰ ਜਾ ਬੰਦ ਕਰਦੇ ਰਲ ਕੰਮ। ਸ਼ਾਹੂਕਾਰ ਦੇ ਘਰ ਵਾਲੀ ਤੇ ਸੇਠ ਵੀ ਇਹ ਚਰਨਾਂ ਤੇ ਡਿੱਗ ਪਏ, ਮਹਾਰਾਜ ਇਹ ਕੀ ਗੱਲ, ਤੁਸੀਂ ਤਾਂ ਪਲਕ ਨਹੀਂ ਚੱਕਦੇ, ਅੱਖਾਂ ਦਵੀਆਂ ਤੇ ਸਤਨਾਮ ਸਤਨਾਮ, ਬੰਦਿਆਂ ਨਾਲ ਤਾਂ ਰਲੋ ਤਾਂ ਵੀ ਮੈਂ ਮੰਨ ਜਾ, ਤੂੰ ਤਾਂ ਆਪ ਹੀ ਰੱਬ ਹੈ, ਕੋਈ ਕੀ ਮੇਰੇ ਤੇ ਨਾ ਭਾਣਾ ਵਰਤਾ ਦਿਓ, ਕੋਈ ਮੈਨੂੰ ਬਖਸ਼ ਲਿਓ। ਮਹਾਰਾਜ ਕਹਿੰਦੇ ਤੁਹਾਡੀ ਕਿਰਤ ਦਾ, ਤੁਹਾਡੇ ਘਰ ਦਾ ਕਿਰਤ ਕਰਕੇ ਅੰਨ ਛਕਦੇ ਹਾਂ, ਬੜਾ ਆਨੰਦ ਹੈ। ਕਲਿਆਣ ਸਿੰਘ ਦੀ ਭੁੱਬ ਨਿਕਲ ਗਈ, ਬੜਾ ਕੂਕਾਂ ਮਾਰੀਆਂ ਰੋਇਆ। ਸੇਠ ਕਹਿੰਦਾ ਕਿਉਂ, ਕਹਿੰਦਾ ਮੈਂ ਕਰਾਂ ਕਿ ਇਹ ਤਾਂ ਪਰਮੇਸ਼ਰ ਹੈ, ਆਪ ਇਹ ਤਾਂ ਪਰਮਾਤਮਾ ਹੈ, ਰੱਬ ਨੂੰ ਇੱਕ ਪਾਸੇ ਕਰ ਦੇ, ਇਹਨਾਂ ਦੇ ਦਰਸ਼ਨ ਕਰ ਲੈ, ਇਹਨਾਂ ਦੇ ਦਰਸ਼ਨ ਕਰ ਲੈ ਤਾਂ ਰੱਬ ਵਿੱਚ ਹੀ ਆ ਗਿਆ। ਸੇਠ ਕਹਿੰਦਾ ਫਿਰ ਮੇਰਾ ਹੁਣ ਕੀ ਹਾਲ ਗਿਆ, ਇਹ ਤਾਂ ਤੜਕੇ ਦੇ ਟੋਕਰੀ ਢੋਦੇ ਨੇ, ਮੈਂ ਕੀ ਕਰਾਂ। ਬਸ ਕਹਿੰਦਾ ਤੇਰੇ ਭਾਗ ਜਾਗੇ ਨੇ ਤਾਂ ਆਏ ਨੇ, ਤੂੰ ਚਿੰਤਾ ਨਾ ਕਰੀ। ਮਹਾਰਾਜ ਕਹਿੰਦੇ ਕਿਉਂ ਸੇਠਾ, ਗਮਗੀਨ ਹੋ ਚੁੱਕੀਆਂ, ਮਹਾਰਾਜ ਮੈਨੂੰ ਰੱਖ ਲਓ। ਕਹਿੰਦੇ ਜਿੱਥੇ ਅਸੀਂ ਰਹਾਂਗੇ ਉੱਥੇ ਤੇਰਾ ਪਰਿਵਾਰ ਰਹੂਗਾ, ਹੋਰ ਦੱਸ ਕੀ ਆਖਦੇ।
पर सानू अज दा दिन तेरे घर दिहाड़ी ला लैण दे। नहीं महाराज फिर मैं घर ही छड़ जाना, थोड़े ही है। बस महाराज सिर ते हाथ रखिया, जा नानक नदरी नदर ने हार। आओ भाई कल्याण सिंघा चली, आपां नूं कोई मजूरी कर नहीं दिंदा है। आके पहाड़ी तो बाद फिर खौली खौली चक्कर कट दे, किथे पहुंच गए सार संगत हजूर साहब की धरती विच भी, गोदावरी विच भी स्नान किए, कलगी पातशाह के दर्शन भी उथे हुए, वचन किया जा मालवे नूं तार जाके डुबदा जा रहे। बस इधर आए तरन तारण साहब की धरती विच, परिक्रमा ते बैठे बाबा बिशन सिंह जी कांजड़ा। एक गली विचों 22-23 शरीर एक दिन संत बने सी। ये तो फिर तुर ही आए थे ना संत महाराज के नाल, किसी ने कितने जन्म ले लिया, किसी ने कितने किसी किस जगह कट्ठे कर ले। महाराज ने मकनातीस खिंच लैंदा जिवें आपदे कोले। एक गली चों बाबा बिशन सिंह जी तारन तारन पड़ताल सी, उन्होंने पता सी कोई रो शक्ति ने आना है, ये मस्तवाणे ने उच्चा जाना है। जो बैठे उथे परिक्रमा च बचन चलते ने, संगत बैठिया ने, महाराज की समाधि लगी हुई है, किते बचन कर देंगे, संगत उड़ीकदियां ने कदों बोलनगे। बस उस वेले बाबा बिशन सिंह की मगर बैठ गई, कहने भाई बिशन सिंह तू इधर आ जा सामने बैठ। नह उठ के रोए, वह बचन दास ने उन्होंने दर्शन किए ने, बिरध हुए सी बहुत। उन्होंने ऐ ढू ला के पेंदे होंगे सी, पैण वेले नेत्रा ते रुमाल रख लेना। तो एक दिन ये वचन सुना रहे सी बैठे, असी भी छोटे छोटे होंगे उन्होंने चरणा च बैठे, तो यह कहें मैनू कहते ने बिशन सिंह इधर आ जा, मेरी भुब निकल गई है, बस मेरे पैरों ने मेरे शरीर का बोझ ना चक्या। मैं मूहरे बैठ के खुशी इन्नी आई अंदर, खुशी ना बराग बन गया। थोड़े देर तो बाद कहते भाई उधर मालवे का अपना की हाल है। कहते महाराज मैनू क्यों पुछद, मैं की दसूंगा, नवजता मालवे की थोड़े हथ विच बीमारी, मैनू पुछद तुसी आप ही जानी जा, आप कृपा करो। ऐ भ्रमण कर दे कर दे। महाराज जी एक जिमीदार चिट्टे बस्त्र चिट्टा चादर पाया, बड़ा अमीर जा। कहते बाबा जी मेरी बीबी के नंदा ते तो वक्त चलो। महाराज सोच कहते जरूर चलांगे। चिट्टे बस्त्र पाए, अमृत वेले आसा की वार होंगी अगे आनंद कार जाते, सूरज की लो चढ़न के नाल आनंद हो जाते। हुण तां सार संगत अण सरदे नूं कहिंदे लो कर ही लो आनंद कारज, बोलो सतनाम श्री अकाल। शराब ना डके आउणा, गुरु ग्रंथ साहब का भय नहीं, सिंघां का भय नहीं, आपदे कर्मां का भय नहीं। उदों सूरज की किरण नाल लावा हो जांदियां सी, पर सिंह जदों लंघदा सी ना फिर बार खुल जांदे सी दर्शन करन वास्ते। सिंह जांदा कोई एडा प्रताप सी। उस वेले जो महाराज वो नगर गए, बाबा बिशन सिंह जी नाले, कल्याण सिंह भी और कई स्वरूप सारे नाल सी। उत्थे जदों जा पहुंचे, सार संगत आसा दी वार लाई, जांजी आके बैठी, तो वो कहिंदे महाराज बीबी लियाईए। कहिंदे ठहर जा बीबी फेर लियाई। हुण की लुकोया जो? कहिंदे भाई प्रेमी आ ते सानू ले आए इत्थे कि मारा आनंदा वास्ते। लड़के दे पिता नूं पुछिया, कहिंदे भाई तैं को दिता ता नहीं? अके महाराज 1600 दिता है। संत महाराज कहिंदे सौदा तां हो लिया सी, सानू कहनू लियांदा सी, साडा की करना सी इत्थे लिया के, निबड़ तां लई सी 1600 च गल, असी चलदे आ। कि नहीं महाराज फिर 1600 दे उहदी झोली च पा। महाराज ने यह धारना भी पढ़ी, वह चिट्टे वस्त्र पा के बगला बन के गया सी ना तरन तारण। बगला भगत वन चलिया, मन पापी तीर्थ कर ले, मन पापी तीर्थ कर ले, मन पापी तीर्थ कर ले, मन पापी तीर्थ कर ले।
ਦਾਣਾ ਚਿੱਟਾ ਪਾਇਆ ਮਹਾਰਾਜ ਕਹਿੰਦੇ 1600 ਲਿਆ ਕੇ ਉਹਦੀ ਝੋਲੀ ਚ ਪਾਇਆ ਲਾਵਾ ਹੋਈਆਂ ਸੰਤ ਕਹਿੰਦੇ ਹੁਣ ਹੈ ਆਨੰਦ ਕਾਰਜ ਤਾਂ ਉਹਦਾ ਤਾਂ ਤੈ ਪੱਠਾ ਬਹਾ ਤਾਂ 1600 ਉਦੋਂ ਕਦ ਬਣਦਾ ਸੀ ਹੁਣ ਦੋਨੇ ਧਿਰਾਂ ਆਨੰਦੋ ਆਨੰਦ ਕਾਰਜ ਹੋ ਗਏ ਇਹ ਵਚਨ ਕਰਕੇ ਫਿਰ ਕਾਫੀ ਸਮਾਂ ਬਾਬਾ ਬਿਸ਼ਨ ਸਿੰਘ ਜੀ ਦੇ ਨਾਲ ਵਿਚਰੇ ਇੱਧਰ ਫਿਰ ਜਾ ਕੇ ਪਹੁੰਚੇ ਮਸਤਾਨਾ ਸਾਹਿਬ ਜਿੱਥੇ ਗੁਰੂ ਕਿਸ ਚਿਰ ਕਾਂਝਲੇ ਸਮਾਂ ਗੁਜ਼ਾਰਿਆ ਫਿਰ ਮਸਤਾਨਾ ਸਾਹਿਬ ਦੀ ਧਰਤੀ ਸਾਧ ਸੰਗਤ ਉੱਥੇ ਕੁਛ ਇਹਦਾ ਕਿ ਜਿੱਥੇ ਅੱਜ ਪਾਣੀ ਜਲ ਦੇ ਵਿੱਚ ਸਰੋਵਰ ਦੇ ਵਿੱਚ ਦਰਬਾਰ ਬਣਦਾ ਇੱਥੇ ਪਹਿਲਾਂ ਇਹ ਬਹਾਦਰਪੁਰ ਨਗਰ ਦੀ ਜਗ੍ਹਾ ਸੀ ਇੱਥੇ ਬੈਠੇ ਮਹਾਰਾਜ 12-14 ਇੱਥੇ ਤੱਕ ਅਨੁਮਾਨ ਹੈ ਇਹਨੇ ਇੱਕ ਦਿਨ ਉੱਥੇ ਰਹੇ ਕੁਛ ਬੰਦਿਆਂ ਨੇ ਕਹਿਤਾ ਬਾਬਾ ਜੀ ਇੱਥੋਂ ਉੱਠੋ ਮਹਾਰਾਜ ਤੁਰ ਚੱਲੇ ਜਿਹੜਾ ਸਮਾਨ ਸੀ ਗੱਡਿਆਂ ਚ ਪਵਾ ਕੇ ਕਾਂਝਲੇ ਨੂੰ ਤੁਰ ਚੱਲੇ ਬੁਰਖੇ ਨਗਰ ਦੇ ਇੱਕ ਨੱਥਾ ਸਿੰਘ ਸੀ ਨੰਬਰਦਾਰ ਇਹ ਪਚੰਗੀ ਉਹਨਾਂ ਦਾ ਵਿੱਚ ਬੈਠਾ ਹੈ ਨੰਬਰਦਾਰ ਨੇ ਮੂਰਦੀ ਆ ਕੇ ਕਿਹਾ ਸੰਤ ਜੀ ਅੱਜ ਹੁਣ ਕਹਿੰਦੇ ਭਾਈ ਇੱਥੇ ਕਹਿੰਦੇ ਜਗ੍ਹਾ ਨਹੀਂ ਮਹਾਰਾਜ ਜਗ੍ਹਾ ਤੁਹਾਡੀ ਹੈ ਸਾਰੀ ਆ ਜਿੰਨਾ ਵੀ ਏਰੀਆ ਸਾਰੇ ਦਾ ਸਾਰਾ ਮੈਂ ਆਪਣੀ ਚਾਚੀ ਲੱਗਦੀ ਹੈ ਉਹਨੂੰ ਪੁੱਛਦਾ ਮੈਨੂੰ ਇੱਕ ਘੰਟਾ ਮੰਗਿਆ ਦੇ ਦਿਓ ਉਹਦੇ ਭਾਗ ਜਾਗਣੇ ਸੀ ਉਸ ਵੇਲੇ ਮਾਈ ਕਹਿੰਦੀ ਇਦੋਂ ਹੋਰ ਕੀ ਹੈ ਮੇਰੇ ਤਾਂ ਕੋਈ ਔਲਾਦ ਵੀ ਐ ਵਗੈਰਾ ਕੁਛ ਵੀ ਨਹੀਂ ਇਹ ਫਿਰ ਉਹ ਜਗ੍ਹਾ ਮਹਾਰਾਜ ਜੀ ਨੇ ਇੱਕ ਦਿਨ ਅੰਮ੍ਰਿਤ ਵੇਲੇ ਬੈਠੇ ਨੇ ਬਾਹਰ ਕੁਟੀਆ ਕੱਚੀ ਛੰਨ ਜੀ ਪਾਈ ਜਿੱਥੇ ਅਕਾਲ ਬੁੰਗਾ ਸਰੋਵਰ ਤੇ ਉਹ ਜਗ੍ਹਾ ਤੇ ਮਹਾਰਾਜ ਬੈਠੇ ਸੀ ਉੱਥੇ ਇੱਕ ਬਹਾਦਰ ਚੰਗਾਲ ਦਾ ਸਿੰਘ ਤੇ ਇੱਕ ਬੁਰਖਿਆਂ ਦੇ ਦੋ ਸਰੀਰ ਮਹਾਰਾਜ ਕੋਲ ਬੈਠ ਗਏ ਕਿਤੇ ਹੀ ਪਲਕ ਚੱਕਦੇ ਸੀ ਮਹਾਰਾਜ ਵੈਸੇ ਸਮਾਧੀ ਚ ਰਹਿੰਦੇ ਸੀ ਕਹਿੰਦੇ ਕੋਈ ਗੱਲ ਨੀ ਕੁਟੀਆ ਬਣ ਜਾਓ ਪਰ ਇੱਥੇ ਤਾਂ ਕਈ ਦਿਨ ਦਾ ਕਈ ਰਾਤਾਂ ਦਾ ਵਿਸ਼ਕਰਮਾ ਨਕਸ਼ੇ ਕਰਦਾ ਫਿਰਦਾ ਹੈ ਉਹਦੀ ਵੀ ਰਹਿ ਲੈ ਲੈਨੇ ਕੀ ਕਹਿੰਦਾ ਬਸ ਉਹਨਾਂ ਨੇ ਸਿਰ ਝੁਕਾਤਾ ਇਹ ਤਾਂ ਆਪ ਹੀ ਪਰਮੇਸ਼ਰ ਹੈ ਨਕਸ਼ੇ ਕੱਟੇ ਹੁਣ ਕੀ ਬਣਿਆ ਕਿੰਨੇ ਕਿੱਥੇ ਤੱਕ ਪਹੁੰਚੀ ਜਾ ਰਹੇ ਬੜੂ ਸਾਹਿਬ ਤੋਂ ਲੈ ਕੇ ਨਜ਼ਰ ਮਾਰ ਲਓ ਤੁਸੀਂ ਸੰਤ ਇਕਬਾਲ ਸਿੰਘ ਜੀ ਨੇ ਮਸਤਾਨਾ ਬੜੂ ਸਾਹਿਬ ਤੋਂ ਬਲੈਤ ਤੱਕ ਵੀ ਕਰ ਦਿੱਤਾ ਇੱਥੇ ਨਹੀਂ ਜਿੱਥੇ ਉਹਨਾਂ ਦਾ ਜਸ ਹੋ ਰਿਹਾ ਮਸਤਾਨਾ ਹੀ ਹੈ ਸਾਰਾ ਬੜੂ ਸਾਹਿਬ ਤੋਂ ਇੱਥੋਂ ਲੈ ਕੇ ਬਲੈਤਾਂ ਤੱਕ ਅਕੈਡਮੀ ਆ ਸੰਤ ਮਹਾਰਾਜ ਦੇ ਨਾਂ ਤੇ ਇਸ਼ਤਿਹਾਰ ਸੰਤ ਮਹਾਰਾਜ ਦੇ ਨਾਂ ਤੇ ਦਿੱਲੀ ਦਰਬਾਰਾਂ ਦੇ ਵਿੱਚ ਵੀ ਸਾਰੀ ਮਸਤਾਨਾ ਬਣਾ ਦਿੱਤਾ ਇਹ ਪ੍ਰਤਾਪ ਹੈ ਜੈਸੇ ਸੰਤ ਬਾਬਾ ਤੇਜਾ ਸਿੰਘ ਮਹਾਰਾਜ ਨੇ ਇਹ ਨਗਰ ਦੇ ਵਿੱਚ ਆਹ ਜਿਹੜਾ ਸਥਾਨ ਬਣਿਆ ਨਾ ਇਹ ਇੱਕ ਝੰਡਾ ਝੂਲ ਰਿਹਾ ਸੰਤ ਮਹਾਰਾਜ ਦੇ ਨਾਂ ਦਾ ਆਕਾਸ਼ਾਂ ਚ ਰਾਜੇ ਦੀ ਗਰਦਨ ਪਰਜਾ ਦੀ ਗਰਦਨ ਕੰਗਾਲ ਮੁਫਲਸ ਦੀ ਗਰਦਨ ਇੱਥੇ ਝੁਕਦੀ ਹੈ ਜਾਂ ਨਹੀਂ ਝੁਕਦੀ ਉਹ ਯਾਦ ਆਉਂਦੀ ਹੈ ਸ਼ਕਤੀ ਕੌਣ ਸੀ ਉਹ ਉਸ ਵੇਲੇ ਮਸਤਾਨੇ ਸਾਹਿਬ ਜਦੋਂ ਸਰੋਵਰ ਸਾਹਿਬ ਦੀ ਸੇਵਾ ਚੱਲਦੀ ਹੈ ਮੈਂ ਕਿਸੇ ਤੇ ਕੰਟਕ ਨਹੀਂ ਕਰਦਾ ਜਿੱਥੇ ਉਰਲਾ ਸਰੋਵਰ ਹੈ ਠੀਕ ਹੈ ਮਤ ਤਾਂ ਆਪੋ ਆਪ ਦੀ ਮਤ ਨੂੰ ਹਰ ਕੋਈ ਇਨਸਾਨ ਉੱਚਾ ਰੱਖਦਾ ਸ਼ਰਧਾਵਾਨ ਪੁਰਸ਼ ਦੀ ਮਤ ਨੂੰ ਕੋਈ ਟੰਕੋਰ ਨਹੀਂ ਮਾਰ ਸਕਦਾ ਹੁੰਦਾ ਉਹਦੀ ਸ਼ਰਧਾ ਹੈ ਉਹਦੀ ਭਾਵਨਾ ਹੈ ਉਹ ਜਿਹੜੇ ਨਿਯਮ ਕਾਨੂੰਨ ਨੇ ਨਾ ਸ਼ਰੀਅਤ ਲੋਕਾਂ ਦੇ ਨਿਯਮ ਨੇ ਜਿਹੜੇ ਉਹ ਨਿਯਮਾਂ ਤੋਂ ਅੱਗੇ ਬਹੁਤ ਵੱਡੀ ਸ਼ਰਧਾ ਦੀ ਦੁਨੀਆ ਹੈ ਜਿਹੜਾ ਸ਼ਰਧਾ ਦੀ ਦੁਨੀਆ ਚ ਵਾ ਗਿਆ ਉਹ ਨਿਯਮਾਂ ਕੰਟਰੋਲਾਂ ਤੇ ਨਹੀਂ ਖੜਦਾ ਉਹ ਬੰਧਨ ਚ ਨਹੀਂ ਰਹਿੰਦਾ ਉਰਲੇ ਸਰੋਵਰ ਦੇ ਉੱਤੇ ਦਾਸ ਦੇ ਦਾਦੇ ਨੇ ਬਣਾਈ ਸੀ ਚਾਰ ਦੁਆਰੀ ਮਹਾਰਾਜ ਨੇ ਕੋਲੇ ਖੜ ਕੇ ਬਣਵਾਈ ਸੀ ਉੱਥੇ ਬਾਬਾ ਸਾਹਿਬ ਦਾ ਸਨਗਨ ਜਿਨ੍ਹਾਂ ਦੀ ਸੁਰ ਸੰਤ ਮਹਾਰਾਜ ਨੇ ਇੱਕ ਚੱਲੀ ਹੋਈ ਸੀ ਜਦੋਂ ਬਾਹਰ ਆ ਜਾਂਦੇ ਮਹਾਰਾਜ ਪਹਿਲੇ ਹੀ ਪਲਘੇ ਤੋਂ ਟਹਿਲਣ ਲੱਗ ਜਾਂਦੇ ਸੀ ਵੀ ਸਾਨੂੰ ਉਹਨਾਂ ਨੇ ਉੱਠਣ ਨਹੀਂ ਦੇਣਾ ਅਲਪ ਨਗਨ ਆਏ ਚਾਰ ਦੁਆਰੀ ਕੋਲ ਖੜ ਗਏ ਕਹਿੰਦੇ ਠਾਕੁਰ ਜੀ
दसो महाराज की कहने ओही जिथों लड़की ते लड़का होया सी ओही जगह फिर चार दुआरी बनाउन लागे तुसी इथे पहला तुसी एक आया वो बच्चे दी पलटी थी ओथी फिर चार दुआरी शुरू करती ऐसे चार दुआरी च वो लड़का तो लड़की कोई लड़की लड़का बनया सी ए ओथी फिर तुसी रचना रचती महाराज ऐ टाल के आओ इधर दर्शन मेला संगता नु देओ जाके अगे लांगे शाम नु संत महाराज ने टहाती सारी संगता ने पुछया कहंदे भाई ए गुरमुखा दी खेलां संतन की सुन साची साखी सो बोले जो पेखे आखी संत ओ गल करदे हुंदे ने जिहड़े संत हुंदे ने भी जिहड़ी अखी देख लैण गल ओही कहनी है वाधू नहीं कहनी संतन की सुन साची साखी सो बोले जो पेखे आखी जिहड़ी अखां नाल देख ली ओ गल करनी है उन्होंने वाधू नहीं करदे महाराज नूं संगतां पुछदे कहंदे भाई इत्थे तां गुरु नानक बहुत देर तक रहे ने ये भाई गुलाब स्वरम दसी महाराज की ये उन्हां दी जगह है अमृत जगह है संत महाराज दी मैं तो उन्हां दी जगह ते पहरा दे रहा भेद ना जानो की राम ते संत करके परम ना समझ वो तो आप ही परमेश्वर है उदा भेद नहीं कोई राम संत में भेद ना जानो राम ते संत विच अंतरा नहीं उस वेले किसे आनंद विच किसे मस्ती दे अंदर संत महाराज मस्तवाने साहब च उन्हां साधुआं नूं लई फिरदे ने इह तां दास ने भी दर्शन कीते ने इक रेरू थले बैठे महाराज ਉਥੇ ਬਾਬਾ ਸਾਹਿਬ ਦਾਸ ਦੇ ਚਰਨਾਂ ਚ ਰੇਰੂ ਦੀ ਸੂਲ ਲੱਗੀ ਉਹ ਰੇਰੂ ਬਹੁਤ ਦਾਸ ਨੇ ਦਰਸ਼ਨ ਕੀਤਾ ਸੰਗਤਾਂ ਨੇ ਬਹੁਤ ਦੇਖਿਆ ਹੋਣਾ ਨਹੀਂ ਪਤਾ ਹੁਣ ਕਹਿੰਦੇ ਬਾਬਾ ਜੀ ਤੁਹਾਡੇ ਰਸਤੇ ਚ ਕੰਡੇ ਬਹੁਤ ਜ਼ਿਆਦੇ ਨੇ ਸੰਤ ਮਹਾਰਾਜ ਕਹਿੰਦੇ ਕਾਹਨੂੰ ਰਹਿਣਗੇ ਮਹਾਰਾਜ ਜਿੱਥੇ ਤੁਸੀਂ ਚਰਨ ਪਾਓਗੇ ਕੰਡੇ ਕੱਟੇ ਜਾਣਗੇ ਤੁਹਾਡੀ ਕਿਰਪਾ ਸਭ ਅੰਮ੍ਰਿਤ ਵੇਲੇ ਸੰਗਤ ਉੱਠੀ ਉਹ ਲੂੰਗੀ ਲੁੰਗ ਰਹਿ ਗਈ ਕੋਈ ਸੂਲ ਹੀ ਨਾ ਉਸਦੀ ਬਿਲਕੁਲ ਨਿਰਮਲ ਹੋ ਗਈ ਗਾਂ ਉਹਦੀ ਪਛਾਣ ਕਰਨ ਵਾਲੇ ਇਹੋ ਜਿਹੇ ਪੈਦਾ ਹੋਏ ਵੱਢ ਕੇ ਚੁਰਚ ਮਾਰਿਆ ਜਾ ਕੇ ਦੁਨੀਆਂ ਉਹਦੇ ਦਰਸ਼ਨ ਕਰਨ ਆਵੇ
ਤੇ ਬਾਹਲੇ ਸਿਆਣੇ ਕਹਿੰਦੇ ਰੇਰੂ ਦੀ ਕੀ ਗੱਲ ਹੈ ਇੱਥੇ ਵੀ। ਪਰ ਇੱਕ ਇਨਸਾਨ ਹੀ ਔਗਣਾਂ ਦਾ ਪੂਤਲਾ ਗਏ, ਜੇ ਬਿਰਸ਼ ਥੱਲੇ ਬੇਰੀ ਥੱਲੇ ਬਹਿ ਗਏ ਉਹਨੂੰ ਬੇਰੀ ਸਾਹਿਬ ਕਹਿਣ ਲੱਗ ਗਏ, ਰੇਰੂ ਥੱਲੇ ਬਹਿ ਗਏ ਰੇਰੂ ਸਾਹਿਬ, ਕਰੀਰ ਕੋਲੇ ਗਏ ਕਰੀਰ ਸਾਹਿਬ। ਇਹ ਬੰਦਾ ਹੀ ਹੈ ਜਿਹੜਾ ਕਰਤੂਤ ਪਸ਼ੂ ਕੀ ਮਾਨਸ ਜਾਤ, ਕਰਮ ਜਿਹੜੇ ਨਿਖਿੱਧ ਕਰਦਾ ਹੈ ਉਹਦੀ ਪਛਾਣ ਹੀ ਨਹੀਂ ਕੀਤੀ। ਉਹ ਧਰਤੀ ਵਿੱਚ ਮਸਤਵਾਣੇ ਚ ਕਿਹੜੀ ਲੀਲਾ ਨੀ ਜਿਹੜੀ ਨਹੀਂ ਹੋਈ ਗਈ, ਇੰਨੀ ਤਾਂ ਇੱਥੇ ਵਰਣਨ ਨਹੀਂ ਹੋ ਸਕਦੀ। ਸਰੋਵਰ ਬਣ ਰਹੇ ਹੈ ਸਾਧ ਸੰਗਤ, ਸੰਤ ਮਹਾਰਾਜ ਸਰੋਵਰ ਦੀ ਸੇਵਾ ਆਪ ਕਰਵਾਉਂਦੇ ਨੇ। ਜਿਹੜੇ ਸਿੱਧ ਲੋਕ ਸੀ ਸੰਤ ਮਹਾਰਾਜ ਦੇ ਨਾਲ, ਉਹ ਟੋਕਰੇ ਟਾਉਂਦੇ ਨੇ ਖੱਦਰ ਦੀਆਂ ਝੁੱਗੀਆਂ, ਖੱਦਰ ਦੇ ਕਸ਼ਹਿਰੇ, ਖੱਦਰ ਦੇ ਦਸਤਾਰੇ, ਨਮੋਲੀਆਂ ਨਿੰਮ ਦੀਆਂ ਰਾਗੜ ਕੇ ਛਕ ਲੈਣੀਆਂ, ਤੇ ਥੋੜਾ ਜਿਹਾ ਵਿੱਚ ਛਿੱਟਾ ਦੁੱਧ ਦਾ ਸਿੱਟ ਲੈਣਾ, ਤੇ ਸਾਰਾ ਸਾਰਾ ਦਿਨ ਦਸ ਦਸ ਮਨ ਕੱਚੇ ਦੇ ਟੋਕਰੇ ਧੋਈ ਜਾਣੇ। ਰਾਜੇ ਭੁਪਿੰਦਰ ਸਿੰਘ ਦੀ ਫੌਜ ਆਈ, ਬੜੇ ਚੋਟੀ ਦੇ ਜਵਾਨ ਨਾਲ ਆਏ, ਟੋਕਰੇ ਚੱਕਣੇ ਇੱਕ ਇੱਕ ਦੋ ਦੋ, ਵੀ ਇਹਨਾਂ ਸਿੰਘਾਂ ਦੇ ਮੁਕਾਬਲੇ ਚੱਲੀਏ। ਸੰਤ ਮਹਾਰਾਜ ਬਾਦਸ਼ਾਹ ਨੂੰ ਬੁਲਾ ਕੇ ਕਹਿੰਦੇ, ਭੁਪਿੰਦਰ ਸਿੰਘ, ਹਾਂ ਮਹਾਰਾਜ, ਇਹ ਆਪਦੀ ਫੌਜ ਨੂੰ ਸਮਝਾ ਦੇ, ਇਹ ਤਾਂ ਇੱਕ ਦਿਨ ਚ ਹੀ ਸਾਰੀ ਮਿੱਟੀ ਲੈ ਜਾਣਗੇ ਕੱਢ ਕੇ, ਸਿੱਧ ਨੇ ਤਾਂ ਕਿਤੇ ਇਹਨਾਂ ਨਾਲ ਨਾ ਕੋਈ ਕੰਮ ਚਲਾ ਲਏ ਤਾਂ ਗਰਦਨਾ ਰਹਿ ਜਾਣਗੇ ਇਹਨਾਂ ਦੀਆਂ, ਇਹ ਆਪਦੀ ਪ੍ਰੇਮ ਨਾਲ ਸੇਵਾ ਕਰਨ ਉਹਨਾਂ ਨਾਲ ਜਿਹੜੇ ਨਾ, ਉਹ ਤਾਂ ਸਾਡੇ ਬੰਨੇ ਖੜੇ ਨੇ ਪ੍ਰੇਮ ਦੇ, ਜੇ ਸਾਰੀ ਮਿੱਟੀ ਕਹੋ ਤਾਂ ਇੱਕ ਦਿਨ ਚ ਹੀ ਬਾਹਰ ਕਰ ਦੇਣਗੇ। ਇਹ ਜੇ ਸਿੱਧ ਮਹਾਰਾਜ ਦੇ ਨਾਲ ਸੀ, ਬੜੀਆਂ ਕਮਾਈਆਂ ਵਾਲੇ, ਐ ਪੌੜੀਆਂ ਬਣਦੀਆਂ ਨੇ ਚੜ੍ਹਦੇ ਬਣੀ, ਪੌੜੀਆਂ ਚੜ੍ਹ ਰਹੀਆਂ ਨੇ ਤੇ ਬਾਰਿਸ਼ ਵੀ ਬੜੇ ਜ਼ੋਰ ਦੀ ਆਈ। ਸੰਤ ਮਹਾਰਾਜ ਆ ਪਹੁੰਚੇ ਵਿੱਚ, ਬਾਰਿਸ਼ ਪੈਂਦੀ ਹੈ, ਵੱਧਦੀ ਵੱਧਦੀ ਮੂਸਲਧਾਰ ਬਣ ਗਈ, ਸੜਸੜਾ ਬੜਾ ਜ਼ੋਰ ਦਾ ਹੋ ਗਿਆ। ਮਹਾਰਾਜ ਕਹਿੰਦੇ, ਸਿੰਘੋ ਸੇਵਾ ਨਾ ਬੰਦ ਕਰਿਓ, ਕਿ ਮਹਾਰਾਜ ਇੱਟਾਂ ਡਿੱਗੀ ਜਾਂਦੀਆਂ ਨੇ ਨਾਲ ਦੀ ਨਾਲ, ਚੂਨਾ ਢਲੀ ਜਾਂਦਾ। ਕਹਿੰਦੇ ਕੋਈ ਨੀ, ਚੱਕ ਚੱਕ ਲਾਈ ਚੱਲੋ, ਹੱਥਾਂ ਚ ਮਹਾਰਾਜ ਖੂਨ ਨਿਕਲਦਾ, ਕੋਈ ਨੀ ਕਿੰਨਾ ਕੁ ਨਿਕਲ ਜੂ, ਮਹਾਰਾਜ ਕਹਿੰਦੇ ਚੱਲੀ ਚਲੋ ਤੁਸੀਂ। ਆਪ ਛਤਰੀ ਵੀ ਪਰੇ ਧਰਤੀ ਮਹਾਰਾਜ ਉਮ ਜੀ ਵੀ ਖੜ ਗਏ ਵਿੱਚ, ਐ ਉੱਥੋਂ ਸਿਆਣੇ ਦੱਸਦੇ ਨੇ ਜਗ੍ਹਾ ਦਿੱਤੀ ਥੋੜੀ ਜੀ ਵਿੱਚੋਂ, ਜਿਵੇਂ ਕਿਸੇ ਨੂੰ ਆਪਾਂ ਕਹੀਏ ਮੇਰੇ ਕੋਲ ਖੜ ਜਾ, ਐ ਆਪ ਪਰੇ ਹੋਏ ਥੋੜੇ ਜੀ, ਤਾਂ ਫੇਰ ਵੀ ਚੱਲੀ ਜਾਂਦੇ। ਮਜ਼ਦੂਰਾਂ ਦੇ ਹੱਥਾਂ ਚੋਂ, ਮਿਸਤਰੀਆਂ ਦੇ ਹੱਥਾਂ ਚੋਂ, ਸਿੰਘਾਂ ਦੇ ਖੂਨ ਚੱਲ ਪਿਆ, ਚੂਨਾ ਵੱਢ ਦਿੰਦਾ ਸੀ। ਬਾਬਾ ਗੁਲਾਬ ਸਿੰਘ ਕਹਿੰਦੇ, ਮਹਾਰਾਜ ਹੁਣ ਤਾਂ ਥੋੜਾ ਜਿਹਾ ਕਿਰਪਾ ਕਰੋ। ਕਹਿੰਦੇ ਹੁਣ ਕਿਰਪਾ ਹੀ ਹੋ ਰਹੀ ਹੈ, ਕਿਰਪਾ ਇਦੂ ਵੱਡੀ ਹੋਰ ਕੀ ਹੋ, ਸੇਵਾ ਕਰੀ ਚੱਲੋ। ਬਾਰਿਸ਼ ਬੰਦ ਹੋ ਗਈ, ਕਹਿੰਦੇ ਭਾਈ ਹੁਣ ਜਲ ਪਾਣੀ ਛਕ ਲਓ, ਆਰਾਮ ਕਰ ਲਓ। ਜਦੋਂ ਬੰਦ ਹੋ ਗਈ, ਹੁਣ ਉਦੋਂ ਕਿਹਦੀ ਤਾਕਤ ਸੀ ਪੁੱਛ ਲੇ, ਖਬੜੇ ਕਿਹੜੇ ਆਨੰਦ ਵਿੱਚ ਖੜੇ ਸੀ, ਉਹ ਪ੍ਰਤਾਪ ਹੀ ਆ ਗਿਆ ਸੀ। ਸ਼ਾਮ ਦੇ ਜਦੋਂ ਪਲੰਘਾ ਲੱਗਿਆ, ਫਿਰ ਸੰਗਤਾਂ ਮਹਾਰਾਜ ਦੇ ਚਰਨਾਂ ਵਿੱਚ ਜਾ ਰਹੀ ਹੈ। ਉੱਠਿਆ ਇੱਕ ਸਿੰਘ, ਹੱਥ ਜੋੜ ਕੇ ਬੇਨਤੀ ਕਰੀ, ਬਾਬਾ ਜੀ ਅਰਜ ਕਰਨੀ, ਦੱਸੋ ਭਾਈ ਜਦੋਂ ਤਾਂ ਬਾਰਿਸ਼ ਸੀ ਉਦੋਂ ਤਾਂ ਸੇਵਾ ਬੰਦ ਨਾ ਕਰੀ, ਬਾਰਿਸ਼ ਬੰਦ ਹੋ ਗਈ ਸੇਵਾ ਬੰਦ ਕਰਦੀ। ਫਿਰ ਇੱਥੇ ਪ੍ਰੇਮ ਜਾਗ ਉੱਠਿਆ, ਗਲਾ ਰੁਕ ਗਿਆ ਮਹਾਰਾਜ ਦਾ, ਬੋਲ ਨਹੀਂ ਸਕੇ। ਪਾਣੀ ਸਿਮਦੇ ਬਸਤਰ ਦੇ ਨਾਲ ਨੇਤਰ ਸਾਫ਼ ਕਰ ਲੈਂਦੇ, ਬਹੁਤ ਚਿਰ ਚੁੱਪ ਰਹੇ। ਬੈਠ ਜੂ ਮਹਾਰਾਜ, ਕਹਿੰਦੇ ਭਾਈ ਬਹੁਤ ਦੇਰ ਬੈਠੇ ਰਹੇ। ਕਹਿੰਦੇ ਭਾਈ ਉਦੋਂ ਗੁਰੂ ਰਾਮਦਾਸ ਸਿੰਘ ਦਾਸ ਦੇ ਕੋਲੇ ਖੜੇ ਸੀ, ਸੇਵਾ ਕਰਵਾ ਰਹੇ ਸੀ, ਥਾਂ ਛੱਡਿਆ ਸੀ, ਸੇਵਾ ਕਰਵਾ ਰਹੇ ਸੀ, ਦਰਸ਼ਨ ਕਰਨ ਆਏ ਸੀ, ਸੰਗਤਾਂ ਦੇ ਦਰਸ਼ਨ ਦੇਣ ਆਏ ਸੀ, ਮੈਂ ਸੇਵਾ ਬੰਦ ਕਰ ਦਿੰਦਾ ਤੇ ਕੀ ਕਹਿੰਦੇ ਫਿਰ? ਉਹ ਪਾਣੀ ਨੀ, ਉਹ ਇੰਦਰ ਦੇਵਤਾ ਆਪ ਹਾਜ਼ਰ ਹੋਇਆ ਸੀ, ਸਾਰੇ ਦੇਵਤੇ ਨਾਲ ਸੀ, ਦਾਸ ਛੱਡ ਕੇ ਚਲਿਆ ਜਾਂਦਾ। ਹੁਣ ਤੁਸੀਂ ਸੋਚੋ। ਫਿਰ ਸੰਗਤਾਂ ਕਹਿੰਦੇ ਘੰਟਾ ਅੱਧਾ ਘੰਟਾ ਚੁੱਪ ਚਾਪ ਨੇਤਰ ਸਾਫ਼ ਕਰੀ ਜਾਂਦੇ ਨੇ ਬੈਠੇ, ਕੋਈ ਗੱਲ ਨੀ ਚੱਲੀ, ਚੁੱਪ ਚਾਪ ਵਿਰਾਗ ਦੀ ਛਾ ਗਈ ਇੱਥੇ, ਏਡਾ ਪ੍ਰਤਾਪ ਮਹਾਰਾਜ ਕਿੱਥੇ ਸੀ? ਕਹਿੰਦੇ ਜਿੱਥੇ ਦਾਸ ਖੜਾ ਸੀ।